ਅੱਜ ਆਪਾਂ ਜਿਹੜੀ ਇੱਕ ਛੋਟੀ ਜਿਹੀ ਐਕਟੀਵਿਟੀ ਕਰਨ ਜਾ ਰਹੇ ਹਾਂ ਉਹ ਹੈ ਲੂਣਾ ਦੇ ਕ੍ਰਿਸਟਲਸ। ਬੇਟੇ ਸਾਡੇ ਕੋਲ ਇਹਦੇ ਲਈ ਦੋ ਲੂਣ ਹੈ, ਇੱਕ ਹੈ ਸਾਡੇ ਕੋਲ ਕਾਪਰ ਸਲਫੇਟ, ਇੱਕ ਸਾਡੇ ਕੋਲ ਹੈ ਆਇਰਨ ਸਲਫੇਟ। ਤੁਸੀਂ ਕਲਰ ਦੇਖ ਸਕਦੇ ਹੋ, ਕਾਪਰ ਸਲਫੇਟ ਦਾ ਰੰਗ ਕਿਹੜਾ ਹੈ? ਬਲੂ। ਔਰ ਆਇਰਨ ਸਲਫੇਟ ਦਾ ਰੰਗ ਕਿਹੜਾ ਹੈ? ਲਾਈਟ ਗ੍ਰੀਨ। ਲਾਈਟ ਗ੍ਰੀਨ, ਹਲਕਾ ਹਰਾ। ਤਾਂ ਬੇਟੇ ਆਪਾਂ ਇਹਨਾਂ ਦੇ ਸੂਤਰ ਤੇ ਜਾਈਏ ਤਾਂ ਕਾਪਰ ਸਲਫੇਟ ਦਾ ਜਿਹੜਾ ਸੂਤਰ ਹੁੰਦਾ ਦੈਟ ਇਜ਼ CuSO4.5 ਵਾਟਰ। ਯਾਨੀ ਹਰ ਇੱਕ ਕਾਪਰ ਸਲਫੇਟ ਦੇ ਇੱਕ ਮੋਲੀਕਿਊਲ ਦੇ ਅੰਦਰ 5 ਮੋਲੀਕਿਊਲ ਵਾਟਰ ਦੇ ਐਮਬੈਡਡ। ਤੁਸੀਂ ਧਿਆਨ ਨਾਲ ਚੇਂਜ ਇਨ ਕਲਰ ਦੇਖਿਓ ਕਿ ਪਹਿਲਾਂ ਕਾਪਰ ਸਲਫੇਟ ਦਾ ਰੰਗ ਕੈਸਾ ਸੀ ਔਰ ਗਰਮ ਕਰਨ ਤੋਂ ਬਾਅਦ ਕੀ ਤੁਸੀਂ ਫਿਊਮਸ ਦੇਖ ਸਕਦੇ ਹੋ ਵਿੱਚੋਂ ਨਿਕਲਦੇ ਹੋਏ? ਆਹ ਦੇਖੋ ਵਿੱਚ ਇਹਦੇ ਵਿੱਚ ਥੋੜੀ ਜਿਹੀ ਨਮੀ ਆ ਗਈ। ਮੈਨੇ ਕੀ ਦੱਸਿਆ, ਕਾਪਰ ਸਲਫੇਟ ਦੇ ਇੱਕ ਕ੍ਰਿਸਟਲ ਚ ਕਿੰਨੇ ਵਾਟਰ ਮੋਲੀਕਿਊਲਸ ਹੁੰਦੇ ਆ? 5। ਸੋ ਕਾਪਰ ਸਲਫੇਟ ਦਾ ਫਾਰਮੂਲਾ ਹੋ ਗਿਆ CuSO4.5 ਵਾਟਰ। ਉਹ ਜਿਹੜੇ ਪੰਜ ਪਾਣੀ ਹੈ ਉਹਨਾਂ ਨੂੰ ਆਪਾਂ ਕਹਿੰਦੇ ਆ ਵਾਟਰ ਆਫ ਕ੍ਰਿਸਟਲਾਈਜੇਸ਼ਨ। ਤੁਸੀਂ ਧਿਆਨ ਨਾਲ ਨੇੜੇ ਲੈ ਕੇ ਆਓ ਜਰਾ, ਤੁਸੀਂ ਕਲਰ ਦੇਖੋਗੇ ਕਾਪਰ ਸਲਫੇਟ ਦਾ ਵਾਈਟ ਹੋ ਗਿਆ। ਐਟ ਦਾ ਸੇਮ ਟਾਈਮ ਸਾਡੇ ਕੋਲ ਇਧਰ ਲਾਈਟ ਗ੍ਰੀਨ ਕਲਰ ਦਾ ਕੀ ਹੈ? ਫੈਰਸ ਸਲਫੇਟ, ਆਇਰਨ ਸਲਫੇਟ ਕਹਿੰਦੇ। ਇਹਦੇ ਵਿੱਚ 7 ਮੋਲੀਕਿਊਲ ਵਾਟਰ ਦੇ ਹੁੰਦੇ ਆ, ਇੱਕ ਆਇਰਨ ਸਲਫੇਟ ਦੇ ਵਿੱਚ। ਇਹਨੂੰ ਵੀ ਗਰਮ ਕਰਕੇ ਦੇਖਦੇ ਆ, ਕਲਰ ਤੁਹਾਨੂੰ ਪਤਾ ਕਿੱਦਾਂ ਦਾ ਸੀ? ਲਾਈਟ ਗ੍ਰੀਨ। ਹੁਣ ਤੁਸੀਂ ਖੁਦ ਦੇਖ ਲਓ ਕਿ ਇਹ ਲਾਈਟ ਗ੍ਰੀਨ ਕਲਰ ਹੈ ਜਿਹੜਾ ਇਹ ਵਾਈਟ ਹੋ ਗਿਆ। ਸੋ 7 ਵਾਟਰ ਆਫ ਕ੍ਰਿਸਟਲਾਈਜੇਸ਼ਨ ਸੀਗੇ ਇੱਕ ਫੈਰਸ ਸਲਫੇਟ ਦੇ ਮੋਲੀਕਿਊਲ ਦੇ ਵਿੱਚ। ਹੁਣ ਮੇਰੇ ਕੋਲ ਦੋ ਸੋਰਸ ਹੈ ਜਿਨ੍ਹਾਂ ਚੋਂ ਮੈਂ ਵਾਟਰ ਆਫ ਕ੍ਰਿਸਟਲਾਈਜੇਸ਼ਨ ਯਾਨੀ ਰਵਿਆਂ ਦਾ ਪਾਣੀ ਕੱਢ ਚੁੱਕਿਆ। ਤੇ ਆਪਾਂ ਦੇਖ ਰਹੇ ਹਾਂ ਕਿਹੜਾ ਸਾਲਟ ਕਿਹੜਾ ਸੀ, ਕਿਉਂਕਿ ਇਹ ਤਾਂ ਦੋਨੋਂ ਹੀ ਵਾਈਟ ਕਲਰ ਦੇ ਲੱਗ ਰਹੇ ਹੈ। ਸੋ ਆਪਾਂ ਇੱਕ ਡ੍ਰੌਪ ਮੈਂ ਵਾਟਰ ਦੀ ਇੱਥੋਂ ਚੱਕੀ, ਕਲਰ ਕਿਹੜਾ ਹੋ ਗਿਆ? ਬਿਲਕੁਲ ਨੇੜੇ ਆ ਕੇ ਦੇਖੋ, ਕਲਰ ਹੋ ਗਿਆ ਬਲੂ। ਤਾਂ ਇਹ ਸਾਲਟ ਕਿਹੜਾ ਸੀਗਾ? ਕਾਪਰ ਸਲਫੇਟ। ਮੈਂ ਇਹਦੇ 5 ਵਾਟਰ ਆਫ ਕ੍ਰਿਸਟਲਾਈਜੇਸ਼ਨ ਫਿਰ ਐਡ ਕਰਤੇ। ਵਾਟਰ ਆਫ ਕ੍ਰਿਸਟਲਾਈਜੇਸ਼ਨ ਨੂੰ ਸਮਝਣ ਲਈ ਸਾਨੂੰ ਇੱਕ ਹੋਰ ਕੰਪਾਊਂਡ ਦੀ ਲੋੜ ਹੈ, ਉਹਦਾ ਨਾਮ ਹੈ ਜਿਪਸਮ। ਜਿਪਸਮ ਦਾ ਫਾਰਮੂਲਾ CaSO4.2 ਵਾਟਰ, ਯਾਨੀ ਇਸ ਦੇ ਵਿੱਚ ਕ੍ਰਿਸਟਲਿਕ ਜਲ ਕਿੰਨੇ ਨੇ? 2। ਜਦੋਂ ਜਿਪਸਮ ਨੂੰ 373 ਕੈਲਵਿਨ ਜਾਂ 100 ਡਿਗਰੀ ਸੈਲਸੀਅਸ ਤੇ ਗਰਮ ਕਰਾਂਗੇ ਤਾਂ ਉਸਦਾ ਡੇਢ ਪਾਣੀ ਨਿਕਲ ਜਾਏਗਾ, ਡੇਢ ਪਾਣੀ ਨਿਕਲ ਜਾਏਗਾ ਇਸ ਰਿਐਕਸ਼ਨ ਚੋਂ ਤੇ ਫਾਰਮੂਲਾ ਬਣ ਜਾਏਗਾ CaSO4.5 ਵਾਟਰ। ਔਰ CaSO4.5 ਵਾਟਰ ਨੂੰ ਅਸੀਂ ਕੀ ਕਵਾਂਗੇ? ਪਲਾਸਟਰ ਆਫ ਪੈਰਿਸ, ਜਿਹੜਾ ਤੁਹਾਡੇ ਬਹੁਤ ਕੰਮ ਆਉਂਦਾ, ਖਿਡੌਣੇ ਬਣਾਉਣ ਦੇ ਵੀ ਕੰਮ ਆਉਂਦਾ, ਟੁੱਟੀਆਂ ਹੱਡੀਆਂ ਜੋੜਨ ਦੇ ਵੀ ਕੰਮ ਆਉਂਦਾ, ਸੀਲੈਂਟ ਦੇ ਕੰਮ ਵੀ ਆਉਂਦਾ, ਪਲਾਸਟਰ ਆਫ ਪੈਰਿਸ ਐਸ ਏ ਬਿਲਡਿੰਗ ਮਟੀਰੀਅਲ ਵੀ ਕੰਮ ਆਉਂਦਾ। ਸੋ PUP ਦਾ ਫਾਰਮੂਲਾ CaSO4.5 ਵਾਟਰ, ਜੇ ਆਪਾਂ ਇਸ 'ਚ ਡੇਢ ਪਾਣੀ ਪਾ ਲਾਂਗੇ ਮੁੜ ਕੇ ਕੀ ਬਣ ਜਾਏਗਾ? ਜਿਪਸਮ CaSO4.2। ਮੇਰਾ ਖਿਆਲ ਤੁਹਾਨੂੰ ਸਮਝ ਆ ਗਿਆ, 373 ਕੈਲਵਿਨ ਤੋਂ ਵੱਧ ਗਰਮ ਕਰਾਂਗੇ ਤਾਂ ਅੱਧਾ ਪਾਣੀ ਵੀ ਨਿਕਲ ਜਾਏਗਾ, ਫਿਰ ਉਹ ਬਣ ਜਾਏਗਾ ਡੈਡ ਬਰਨਟ ਪਲਾਸਟਰ।